ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜੀ ਇਹ ਥੋੜੀ ਇਕਨੋਮੀ ਦੀ ਵੀ ਨਾਲ ਜੇ ਆਪਾਂ ਗੱਲ ਕਰਦੇ ਜਾਈਏ ਕਹਿੰਦੇ ਜੌਬ ਕੱਟਸ ਆ ਰਹੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਜਿਹੜੀ ਪੀੜ ਆ ਉਹ ਹੁਣ ਸਹਿਣੀ ਪੈ ਰਹੀ ਆ ਐਨਪੀਆਰ ਨੇ ਅੱਜ ਇੱਕ ਵੱਡੀ ਖਬਰ ਛਾਇਆ ਕੀਤੀ ਆ ਕਹਿੰਦੇ ਡੋਮੀਨੋਜ਼ ਹੌਲੀ-ਹੌਲੀ ਜਿਹੜੇ ਡਿੱਗਣੇ ਆ ਉਹ ਸ਼ੁਰੂ ਹੋ ਰਹੇ ਨੇ ਆ ਸੋ ਡੋਮੀਨੋਜ਼ ਉਹੀ ਹੁੰਦਾ ਆ ਇਹ ਇਫੈਕਟ ਹੁੰਦਾ ਆ ਵੀ ਇੱਕ ਛੋਟੀ ਤੋਂ ਬਾਅਦ ਵੱਡੀ ਤੋਂ ਵੱਡੀ ਚੀਜ਼ ਜਿਹੜੀ ਉਹ ਡਿਗਣੀ ਸ਼ੁਰੂ ਹੋਊਗੀ ਫੈਡਰਲ ਰਿਜ਼ਰਵ ਨੇ ਇਕਨੋਮੀ ਦੇ ਉੱਤੇ ਬ੍ਰੇਕਾਂ ਜਿਹੜੀਆਂ ਲਾਈਆਂ ਆ ਇਨਫਲੇਸ਼ਨ ਬਹੁਤੀ ਨਾ ਵਧੇ ਇਸ ਤੇ ਲਈ ਲਗਾਤਾਰ ਉਹਨਾਂ ਨੇ ਇੰਟਰਸਟ ਰੇਟ ਦੇ ਵਿੱਚ ਤੇਜ਼ੀ ਦੇ ਨਾਲ ਵਾਧੇ ਕੀਤੇ ਆ ਕਹਿੰਦੇ ਵੀ ਇਸ ਤੇ ਨਾਲ ਯੂਐਸਡੀ ਇਕਨੋਮੀ ਰੈਸੈਸ਼ਨ ਮੰਦੀ ਦੇ ਵਿੱਚ ਵੀ ਜਿਹੜੀ ਉਹ ਜਾ ਸਕਦੀ ਆ ਇਸੇ ਚੀਜ਼ ਨੂੰ ਦੇਖਦੇ ਹੋਏ ਵੱਡੀਆਂ ਕੰਪਨੀਆਂ ਦੇ ਜਿਹੜੇ ਐਗਜ਼ੈਕਿਟਿਵਜ਼ ਆ ਉਹਨਾਂ ਨੇ ਕੱਟਬੈਕ ਕਰਨਾ ਸ਼ੁਰੂ ਕਰ ਦਿੱਤਾ ਆ ਟੈਸਲਾ ਤੋਂ ਲੈ ਕੇ ਜੇਬੀ ਮਾਰਗਨ ਚੇਜ਼ ਰੈਡਫਿਨ ਤੋਂ ਕਾਇਨ ਬੇਸ ਇਹਨਾਂ ਸਾਰਿਆਂ ਨੇ ਹੌਲੀ-ਹੌਲੀ ਆਪਣੀਆਂ ਜਿਹੜੀਆਂ ਜੌਬਸ ਦੇ ਨੰਬਰ ਆ ਉਹਨਾਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਆ Netflix Netflix ਨੇ ਪਿਛਲੇ ਹਫਤੇ ਦੂਜੀ ਜੌਬ ਕੱਟ ਜਿਹੜਾ ਰਾਉਂਡ ਆ ਉਹ ਅਨਾਉਂਸ ਕਰ ਦਿੱਤਾ ਇਸ ਵਾਰ 300 ਹੋਰ ਜੌਬਾਂ Netflix ਦੀਆਂ ਜਿਹੜੀਆਂ ਉਹ ਘਟਣ ਜਾ ਰਹੀਆਂ ਇਸ ਤੋਂ ਪਹਿਲਾਂ ਇਹਨਾਂ ਨੇ 450 ਪੋਜੀਸ਼ਨਸ ਨੂੰ ਲੇ ਆਫ ਜਿਹੜਾ ਉਹ ਕੀਤਾ ਸੀਗਾ ਇੱਕ ਤਾਂ ਮੰਦੀ ਦਾ ਦੌਰ ਉਤੋਂ Netflix ਦੀ ਗਰੋਥ ਨਾ ਹੋਣ ਕਰਕੇ ਇਸ ਦੇ ਵਿੱਚ ਇਹ ਦੇਖਿਆ ਗਿਆ ਆ 10% ਜਿਹੜੀ ਏਮਪਲੋਇਮੈਂਟ ਏਮਪਲੋਈ ਫੋਰਸ ਹੈਗੀ ਆ ਉਸ ਨੂੰ ਟੈਸਲਾ ਨੇ ਜਿਹੜਾ ਉਹ ਘਟਾਉਣਾ ਆ ਅਨਸਸਟੇਨੇਬਲੀ ਹੌਟ ਫੈਡ ਦੇ ਚੀਫ ਜਿਹੜੇ ਕਹਿ ਰਹੇ ਨੇ ਜਰੋਮ ਪਾਵਲ ਜੌਬ ਮਾਰਕੀਟ ਨੂੰ ਜਿਹੜੇ ਉਹ ਲਾ ਕੇ ਕਹਿੰਦੇ ਵੀ ਮੈਂ ਤੇ ਜਿਹੜੇ ਮੇਰੇ ਨਾਲ ਦੇ ਸਾਥੀ ਆ ਕੋਲੀਗਸ ਆ ਜੌਬ ਮਾਰਕੀਟ ਨੂੰ ਸਥਿਰ ਬਣਾਉਣ ਦੇ ਲਈ ਸਟੇਬਲ ਕਰਨ ਦੇ ਲਈ ਕੋਸ਼ਿਸ਼ਾਂ ਦੇ ਵਿੱਚ ਲੱਗੇ ਆ ਪਰ ਇਹ ਇਸ ਟਾਈਮ ਇਸ ਦੇ ਵਿੱਚ ਅ ਗਰਮੈਸ਼ ਇੱਕ ਸਾਹ ਦੇ ਨਾਲ ਬਹੁਤ ਜਿਆਦਾ ਹੈਗੀ ਆ ਸੋ ਕਹਿੰਦੇ ਵੀ ਇਹ ਜਿਹੜੀ ਇਕਨੋਮੀ ਆ ਇੱਧਰ ਪਤਾ ਨਹੀਂ ਕਿੱਧਰ ਨੂੰ ਜਿਹੜਾ ਉਹ ਵੱਧ ਸਕਦੀ ਆ ਇਹ ਸਾਰੀਆਂ ਇੰਟਰਸਟ ਰੇਟ ਦੀਆਂ ਹਾਈਕਸ ਦੇ ਨਾਲ ਮੰਦੀ ਦੇ ਦੌਰ ਆਉਣ ਦੇ ਖਤਰੇ ਦੇ ਨਾਲ ਅ ਅਨਇੰਪਲੋਇਮੈਂਟ ਰੇਟ ਦੇ ਵਿੱਚ ਵਾਧਾ ਜਿਹੜਾ ਆ ਉਹ ਹੋ ਸਕਦਾ ਆ ਇਸ ਟਾਈਮ ਪ੍ਰੀ ਪੈਨਡੈਮਿਕ ਲੋ 3.6% ਦੇ ਉੱਤੇ ਅਨਇੰਪਲੋਇਮੈਂਟ ਰੇਟ ਜਿਹੜੀ ਉਹ ਅ ਚੱਲ ਰਹੀ ਹੈਗੀ ਆ ਸੋ ਕਹਿੰਦੇ ਵੀ ਇੰਬੈਲੈਂਸ ਬਹੁਤ ਬਣਿਆ ਪਿਆ ਹਰ ਇੱਕ ਲੋਕ ਦੇ ਲਈ ਦੋ ਦੋ ਜੌਬਸ ਜਿਹੜੀਆਂ ਵੇਕੈਂਸੀਜ਼ ਆ ਉਹਦੇ ਨਾਲ ਕਿਤੇ ਨਾ ਕਿਤੇ ਇਹ ਜੌਬ ਮਾਰਕੀਟ ਦੇ ਵਿੱਚ ਸਥਿਰਤਾ ਜਿਹੜੀ ਆ ਉਹ ਨਹੀਂ ਆ ਰਹੀ ਹੈਗੀ ਸੋ ਇਹ ਵੀ ਹੁਣ ਛੋਟੀ ਤੋਂ ਲੈ ਕੇ ਵੱਡੀਆਂ ਕੰਪਨੀਆਂ ਹਰਜੋਤ ਸਿੰਘ ਜੀ ਉਹ ਲੀਅਪਸ ਵਾਲ ਨੂੰ ਜਿਹੜੀਆਂ ਉਹ ਵਧੀਆਂ ਆ ਇਹਨਾਂ ਚ ਕੈਮਿਓ ਕਾਰਵਾਨਾ ਬੋਲਟ ਇਹਨਾਂ ਨੇ ਵੀ ਆਪਣਾ ਜਿਹੜਾ ਸਟਾਫ ਆ ਉਹ ਆਲਰੇਡੀ ਰੀਡਿਊਸ ਕਰ ਦਿੱਤਾ ਹੈ cripto currencies ਤੇ ਲਗਾਤਾਰ ਥੱਲੇ ਡਿੱਗਦੀ ਗਈ ਉਸ ਦੇ ਵਿੱਚ ਇੱਕ company crypto.com ਉਹਨਾਂ ਨੇ 5% ਕਟਾ ਦਿੱਤਾ Gemini ਜਿਹੜੀ ਆ ਉਹਨਾਂ ਨੇ 10% Coinbase ਉਹਨਾਂ ਨੇ 1000 ਤੋਂ ਵੱਧ ਜੀਆਂ 20% ਆਪਣੇ ਜਿਹੜੇ ਵਰਕਰਸ ਆ ਉਹਨਾਂ ਦਾ ਲੇਆਫ ਕੀਤਾ ਹੈਗਾ ਜੀ ਸੋ ਬਿਲਕੁਲ ਬੇਰੀ ਇਹਦੇ ਵਿੱਚ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਲੇਆਫ ਕਰਨਾ ਸ਼ੁਰੂ ਕਰ ਦਿੱਤਾ ਜਾਂ ਹਾਇਰਿੰਗ ਫ੍ਰੀਜ਼ ਕਰ ਦਿੱਤੀ ਆ ਕੁਆਇਨਵੇਸ ਕ੍ਰਿਪਟੋ ਕਰੰਸੀ ਦੇ 1100 ਬੰਦਿਆਂ ਦੀ ਲੇਆਫ ਦੀ ਗੱਲਬਾਤ ਤੁਸੀਂ ਆਲਰੇਡੀ ਕਰ ਦਿੱਤੀ ਆ ਸੌਂਡਰ ਨੇ 5ਵੀਂ 1/5 ਲੋਕਾਂ ਨੂੰ ਲੇਆਫ ਕਰ ਦਿੱਤਾ ਇਹ ਇੱਕ ਬਹੁਤ ਵੱਡੀ ਕੰਪਨੀ ਕਹਿ ਰਹੇ ਸੀ ਵੀ ਬਣੂਗੇ Air BNB 1.9 ਬਿਲੀਅਨ ਡਾਲਰ ਦੀ ਕੰਪਨੀ ਆ ਉਹਨਾਂ ਨੇ ਵੀ ਲੇਆਫ ਕੀਤੀ ਹੈਗੀ ਆ ਸਟੇਜ ਫਿਕਸ ਨੇ 15% ਹੈਲਥ케ਅਰ ਸਟਾਰਟਅਪ ਕਾਰਬਨ ਹੈਲਥ ਨੇ 8% netflix ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਦੂਜੀ ਵਾਰੀ ਲੇਆਫ ਕਰਤੀ ਹੈ ਮੈਟਾ ਜੋ ਕਿ ਫੇਸਬੁੱਕ ਦੀ ਪੇਰੈਂਟ ਕੰਪਨੀ ਹੈਗੀ ਆ ਟਵਿੱਟਰ ਇੰਟਰਲ ਲਿਫਟ ਓਵਰ ਇਹ ਸਾਰਿਆਂ ਨੇ ਹਾਇਰਿੰਗ ਫ੍ਰੀਜ਼ ਕਰ ਦਿੱਤੀ ਹੈਗੀ ਆ ਅਕੋਰਡਿੰਗ ਟੂ ਫੋਰਚੂਨ ਮੈਗਜ਼ੀਨ ਅ ਲੀਓਫ ਡਾਟਾ ਐਫਵਾਈਆਈ ਤੇ ਤੁਰੀ ਜਾ ਕੇ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਚੈੱਕ ਕਰ ਸਕਦੇ ਹਾਂ ਜੇ ਕੱਲੀ ਕੱਲੀ ਦਾ ਨਾਮ ਲਿਆਂ ਤਾਂ ਬਹੁਤ ਲੰਮਾ ਸਮਾਂ ਲੱਗੂਗਾ ਟੈਸਲਾ ਬਹੁਤ ਵਾਰ ਲੋਕ ਕਹਿੰਦੇ ਆ ਵੀ ਅਸੀਂ ਟੈਸਲਾ ਚ ਕੰਮ ਕਰਦੇ ਹਾਂ ਬਹੁਤ ਵੱਡੀ ਕੰਪਨੀ ਆ ਅਸੀਂ ਟੈਸਲਾ ਕਾਰ ਲਈ ਆ ਤੇ ਟੈਸਲਾ ਨੇ ਵੀ 200 ਆਟੋ ਪਾਇਲਟ ਯੂਨਿਟ ਜੋ ਉਹਨਾਂ ਦਾ ਉਹਦੇ ਵਿੱਚ ਜੌਬਸ ਲੇ ਆਫ ਕਰ ਦਿੱਤੀਆਂ ਹੈਗੀਆਂ ਤੇ ਸੈਨ ਮਟਿਓ ਕੈਲੀਫੋਰਨੀਆ ਦਾ ਟੈਸਲਾ ਵਾਲੇ ਆਪਣਾ ਆਫਿਸ ਬੰਦ ਕਰਨ ਜਾ ਰਹੇ ਆ ਸੋ ਇਸੇ ਆਫਸ ਦੇ ਵਿੱਚ ਉਹ ਕੰਪਨੀ ਦੇ ਡਰਾਈਵਰ ਸਿਸਟਮ ਸਿਸਟਮ ਨੂੰ ਉਹਦੇ ਤੇ ਕੰਮ ਕਰਦੇ ਸੀਗੇ 200 ਜੋਬਸ ਲੇਆਫ ਕਰ ਦਿੱਤੇ ਹੈਗੇ ਆ ਚਲ ਗਈਆਂ ਆ ਟੈਸਲਾ ਕੰਪਨੀ ਚ ਸੈਲ ਵਟਿਓ ਬੇਰੀਏ ਦੇ ਵਿੱਚ ਸੋ ਹੁਣ ਦੇਖੋ ਜੇ ਇਦਾਂ ਦੀ ਵੱਡੀ ਕੰਪਨੀ ਵੀ ਲੇਆਫ ਕਰ ਰਹੀ ਆ ਤੇ ਬਾਕੀ ਹੋਰ ਛੋਟੀਆਂ ਜਾਂ ਹੋਰ ਉਹਨਾਂ ਦੇ ਉੱਤੇ ਨੇਚਰਲੀ ਜਿਹੜਾ ਅਸਰ ਆ ਪਊਗਾ ਤੇ ਅੱਜ ਫੈਡਰਲ ਚੇਅਰਮੈਨ ਪੋਵਲ ਉਹਨਾਂ ਨੇ ਬੋਲਣਾ ਵੀ ਹੈ ਇਸ ਟਾਈਮ ਬਲਕਿ ਉਹ ਬੋਲ ਰਹੇ ਆ ਆਪਾਂ ਹੋ ਸਕਦਾ ਸ਼ਾਮ ਨੂੰ ਜਾਂ ਉਹਨਾਂ ਨੇ ਕੀ ਕਿਹਾ ਉਹਦੇ ਬਾਰੇ ਜਰੂਰ ਤੁਹਾਡੇ ਨਾਲ ਡਿਸਕਸ ਕਰਾਂਗੇ ਉਹਨਾਂ ਨੇ ਇੰਨਾ ਜਰੂਰ ਕਿਹਾ ਹੈ ਕਿ ਇਸ ਸਾਲ ਵੀ ਇੰਟਰਸਟ ਰੇਟ ਉੱਪਰ ਜਾ ਰਿਹਾ ਹੈ ਹੋਰ ਤੇ ਅਗਲੇ ਸਾਲ ਵੀ ਜਾਣਗੇ ਸੋ ਇਨਫਲੇਸ਼ਨ ਰਾਈਟ ਨਾਓ 8.3% ਦੇ ਉੱਤੇ ਹੈਗੀ ਆ ਤੇ ਉਹ ਕਹਿੰਦੇ ਵੀ ਸਾਡਾ ਇਹ ਕੋਸ਼ਿਸ਼ ਆ ਵੀ ਇਸ ਇਨਫਲੇਸ਼ਨ ਨੂੰ ਘਟਾ ਕੇ 2% ਤੱਕ ਲਿਆਂਦਾ ਜਾਵੇ ਇਸ ਤੋਂ ਪਹਿਲਾਂ ਬਹੁਤ ਸਾਰੇ ਇਕਨੋਮਿਸਟ ਹਾਰਵਰਡ ਯੂਨੀਵਰਸਿਟੀ ਦੇ ਰਹਿ ਚੁੱਕੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਕਿਹਾ ਆ ਵੀ ਜੇ ਤੁਸੀਂ ਇਨਫਲੇਸ਼ਨ ਇੰਨੀ ਘਟਾਣੀ ਆ ਮਾਸ ਲੇਆਫ ਹੋਣੀ ਪਊਗੀ ਪਤਾ ਇਹ ਹੋਊਗੀ ਸੋਏ ਹੁਣ ਪਤਾ ਨਹੀਂ ਕਿੱਦਾਂ ਦਾ ਫਿਊਚਰ ਆਣਾ ਹੈ ਸੋ ਇਹ ਦੇਖਦੇ ਆ ਪਰ ਰੈਸੈਸ਼ਨ ਦੇ ਬਹੁਤ ਸਾਰੇ ਕੰਪਨੀਆਂ ਦੇ ਸੀਈਓ ਇਹ ਕਹਿ ਰਹੇ ਆ ਰੈਸੈਸ਼ਨ ਚ ਅਸੀਂ ਹੈਗੇ ਆ ਕਈ ਕਹਿ ਰਹੇ ਆ ਵੀ ਅਸੀਂ ਰੈਸੈਸ਼ਨ ਆਜੂਗਾ ਇਸ ਸਾਲ ਕਈ ਕਹਿ ਰਹੇ ਆ ਵੀ ਅਗਲੇ ਸਾਲ ਆਜੂਗਾ ਅੱਜ ਬੈਡ ਵਾਸਤੇ ਵਜਾਉਣ ਦੇ ਸੀਈਓ ਉਹਨਾਂ ਨੇ ਵੀ ਆਪਣੀ ਜੌਬ ਜਿਹੜੀ ਆ ਛੱਡ ਦਿੱਤੀ ਹੈਗੀ ਆ ਕਿਉਂਕਿ ਉਹਨਾਂ ਨੂੰ ਪ੍ਰੋਫਿਟ ਉਸ ਕੰਪਨੀ ਦਾ ਬਹੁਤ ਥੱਲੇ ਗਿਆ ਹੈਗਾ ਸੇਲਸ ਉਹਨਾਂ ਦੀ ਕੰਬਲ ਹੋ ਜਾਂ ਸੇਲ ਬਹੁਤ ਘਟ ਗਈਆਂ ਹੈਗੀਆਂ ਬੈਡ ਬਾਥ ਐਂਡ ਵਿਝੌਣ ਦੀਆਂ ਸੋ ਤੁਸੀਂ ਇਹ ਦੇਖ ਸਕਦੇ ਹੋ ਇਹ ਉਧਰ ਦੇ ਸਟੋਰ ਆ ਜਿਨ੍ਹਾਂ ਤੇ ਆਪਾਂ ਸਾਰੇ ਘਰ ਦੇ ਵਿੱਚ ਰੱਖਣ ਵਾਲਾ ਸਮਾਨ ਲੈਂਦੇ ਆ ਨਵਾਂ ਘਰ ਲੈਣੇ ਮੂਵ ਕਰਦੇ ਆ ਸੋ ਇਹਦਾ ਮਤਲਬ ਇਹ ਲੋਕਾਂ ਨੇ ਸਮਾਨ ਲੈਣਾ ਘਟਾ ਦਿੱਤਾ ਹੈ ਤਦ ਹੀ ਸੇਲ ਘਟੀ ਆ ਸੋ ਉਹਨਾਂ ਦੇ ਸੀਈਓ ਨੇ ਵੀ ਅੱਜ ਰਿਜ਼ਾਈਨ ਦੇ ਦਿੱਤਾ ਹੈ ਯਾ ਸੋ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਧਰ ਦਿਖਾਇਆ ਗਿਆ ਜਰੋਮ ਪਾਵਲ ਹੁਣ ਜਿਹੜਾ ਅੱਜ ਬੋਲ ਰਿਹਾ ਤਾਂ ਉਹਨਾਂ ਨੇ ਕੁਝ ਕੀ ਜਿਹੜੀਆਂ ਗੱਲਾਂ ਕਹੀਆਂ ਕਹਿੰਦੇ ਵੀ ਗਰੰਟੀ ਕੋਈ ਨਹੀਂ ਆ ਵੀ ਜਿਹੜਾ ਕੇਂਦਰੀ ਬੈਂਕ ਹੈਗਾ ਆ ਵੀ ਉਹ ਯੂ ਐਸ ਦੀ ਇਕਨੋਮੀ ਦੀ ਅਰਥਚਾਰੇ ਦੀ ਸੌਫਟ ਲੈਂਡਿੰਗ ਯਾਨੀ ਕਿ ਹੌਲੀ ਜਿਹੜੀ ਜਿਹੜੀ ਉਹਨੂੰ ਥੱਲੇ ਨੂੰ ਜਿਹੜਾ ਉਹ ਲੈ ਕੇ ਆਵੇ ਉਹਨਾਂ ਨੇ ਕਿਹਾ ਵੀ ਹਾਂ ਸਾਨੂੰ ਲੱਗਦਾ ਹੈ ਵੀ ਇਦਾਂ ਦੀਆਂ ਸੰਭਾਵਨਾਵਾਂ ਹੈਗੀਆਂ ਨੇ ਰਸਤੇ ਹੈਗੇ ਨੇ ਵੀ ਆਪਾਂ ਇਨਫਲੇਸ਼ਨ ਨੂੰ 2% ਦੇ ਉੱਤੇ ਲੈ ਆਈਏ ਜਿਹੜੀ ਕਿ 8.6% ਦੇ ਉੱਤੇ ਤੁਰੇ ਫਿਰਦੀ ਆ ਅ ਵੀ ਦੇ ਨਾਲ ਦੇ ਨਾਲ ਲੇਬਰ ਮਾਰਕੀਟ ਨੂੰ ਵੀ ਆਪਾਂ ਤਗੜੀ ਜਿਹੜੀ ਰੱਖੀਏ ਸਟਰੋਂਗ ਰੱਖੀਏ ਕਹਿੰਦੇ ਵੀ ਬਲੀਵ ਕਰਦੇ ਹਾਂ ਅਸੀਂ ਮੰਨਦੇ ਆ ਵੀ ਇਹ ਜਿਹੜਾ ਚੀਜ਼ ਹੋਊਗਾ ਪਰ ਨਾਲ ਹੀ ਉਹਨਾਂ ਨੇ ਤੁਰੰਤ ਦੇਣੀ ਇਹ ਕਿਹਾ ਵੀ ਗਰੰਟੀ ਕੋਈ ਨਹੀਂ ਵੀ ਇਹ ਚੀਜ਼ ਜਿਹੜੀ ਉਹ ਹੋਊਗੀ ਕਹਿੰਦੇ ਵੀ ਇਹ ਬਹੁਤ ਵੱਡੀ ਜਿਹੜੀ ਚੁਣੌਤੀ ਹੈ ਇਸ ਟਾਈਮ ਆਪਣੇ ਸਾਹਮਣੇ ਦਰਪੇਸ਼ ਆ ਪਿਛਲੇ ਕੁਝ ਮਹੀਨਿਆਂ ਦੀਆਂ ਜਿਹੜੀਆਂ ਇਵੈਂਟਸ ਆ ਜਿੰਨਾ ਚ ਯੂਕਰੇਨ ਦੇ ਉੱਤੇ ਹਮਲਾ ਰੂਸ ਦਾ ਉਹਨਾਂ ਨੇ ਕਿਹਾ ਵੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਕਾਮ ਮੁਸ਼ਕਲ ਜਿਹੜਾ ਆ ਹੋਰ ਜਿਆਦਾ ਵਧਿਆ ਹੈਗਾ ਆ ਹਾਊਸ ਹੋਲਡਸ ਤੇ ਬਿਜ਼ਨੈਸਸ ਜਿਹੜੇ ਕਿ ਪਹਿਲਾਂ ਬਹੁਤ ਹੀ ਸਟਰੋਂਗ ਚੱਲ ਰਹੇ ਸੀਗੇ ਤਗੜੇ ਚੱਲ ਰਹੇ ਸੀਗੇ ਲੇਬਰ ਮਾਰਕੀਟ ਵੀ ਜਿਹੜੀ ਬਹੁਤ ਤਗੜੀ ਸੀਗੀ ਉਹਨਾਂ ਸਾਰਿਆਂ ਦੇ ਵਿੱਚ ਪਿਛਲੇ 3-4 ਮਹੀਨਿਆਂ ਚ ਕਾਫੀ ਜਿਆਦਾ ਕੰਟ੍ਰੈਕਸ਼ਨ ਜਾਨੀ ਕਿ ਸੰਗੜ ਗਈ ਆ ਸੋ ਆਲਰੇਡੀ ਜਿਹੜਾ ਹਰਜੋਤ ਸਿੰਘ ਜੀ ਇਹ ਖਬਰ ਇਹੀ ਆ ਵੀ ਜਿਹੜੀ ਇਸ ਟਾਈਮ ਯੂਐਸ ਦੀ ਜਿਹੜੀ ਜੀਡੀਪੀ ਆ ਉਹ ਥੱਲੇ ਨੂੰ ਆਈ ਹੈਗੀ ਆ ਉਹ ਡਾਊਨ ਗਈ ਆ 1.6% ਕਹੀ ਥਾਂ ਉਹ ਤੇ ਆਂਕੜਾ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਇਹ ਸ਼੍ਰਿੰਕ ਹੋਈ ਆ ਤੇ ਅਗਲੇ ਕੁਆਟਰ ਵੀ ਕਹਿੰਦੇ ਕੋਈ ਬਹੁਤਾ ਖੁਸ਼ਹਾਲ ਜਾਂ ਸੁਖਾਲਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਸੋ ਲਗਾਤਾਰ ਜੇ ਗਰਾਵਟ ਜੀਟੀਪੀ ਦੇ ਵਿੱਚ ਸੁੰਗੜਨ ਵਾਲੀ ਜਿਹੜੀ ਉਹ ਹੋਊਗੀ 네ਗੇਟਿਵ ਹੋਊਗੀ ਤਾਂ ਫਿਰ ਉਦੋਂ ਜਿਹੜਾ ਇਹ ਵਰਡ ਆਪਾਂ ਬਾਰ ਬਾਰ ਸੁਣ ਰਹੇ ਆ ਰੈਸੈਸ਼ਨ ਮੰਦੀ ਦਾ ਦੌਰ ਔਰ ਇਹ ਇੱਕ ਸਾਫ ਦੇ ਨਾਲ ਸਭ ਤੋਂ ਉੱਤੇ ਜਿਹੜਾ ਉਹ ਬੋਲਿਆ ਆ ਜਾਊਗਾ ਸੋ ਇਹ ਫੈਡ ਦੇ ਲਈ ਬਹੁਤ ਤਗੜੀਆਂ ਜਿਹੜੀਆਂ ਇਹ ਚੁਣੌਤੀਆਂ ਆ ਸੋ ਆਪਾਂ ਪਹਿਲਾਂ ਤੋਂ ਵੀ ਇਹ ਤੁਹਾਨੂੰ ਦੱਸਦੇ ਆ ਰਹੇ ਆ ਵੀ ਭਾਈ ਜਿਹੜੀਆਂ ਜਿਹੜੀਆਂ ਜੌਬਸ ਦੇ ਵਿੱਚ ਇਸ ਟਾਈਮ ਤੁਸੀਂ ਹੈਗੇ ਆ ਉਹ ਤੁਸੀਂ ਸਟੇਬਲ ਇੱਕ ਸਾਫ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੋ ਰੱਖੋ ਕਈ ਇਹਦੀ ਆਦਤ ਹੁੰਦੀ ਆ ਵੀ ਮੈਂ ਇੱਧਰ ਚੱਲ ਜਾਵਾਂ ਉੱਧਰ ਚੱਲ ਜਾਵਾਂ ਪਰ ਆਪਾਂ ਜਿੱਦਾਂ ਤੁਹਾਨੂੰ ਦੱਸ ਕੇ ਹੀ ਹਟੇ ਆ ਹਰਜੋਤ ਸਿੰਘ ਜੀ ਵੀ ਯੂ ਨੇਵਰ ਨੋ ਵੀ ਆਰਨਲਿਸ ਸਮੇ ਦੇ ਵਿੱਚ ਕਿੱਥੇ ਕਿੰਨੇ ਕਿਹੜੀ ਕੰਪਨੀ ਨੇ ਲੇਆਫ ਜਿਹੜੇ ਉਹ ਕਰ ਦੇਣੇ ਆ ਤੁਹਾਡੀਆਂ ਜਿਹੜੀਆਂ ਡ੍ਰੀਮ ਜੌਬਸ ਵੀ ਹੁੰਦੀਆਂ ਆ ਉਹ ਵੀ ਜਿਹੜੀਆਂ ਛੱਕੇ ਟੰਗੀਆਂ ਜਾ ਸਕਦੀਆਂ ਸੋ ਡੈਫੀਨਟਲੀ ਬਹੁਤ ਹੀ ਸੰਜਮ ਦੇ ਨਾਲ ਚੱਲਣ ਦਾ ਵਕਤ ਚੱਲ ਰਿਹਾ ਹੈ ਜੀ ਐਸਐਲਪੀ 500 ਇੰਡੈਕਸ ਸਟਰਗਲ ਕਰ ਰਿਹਾ ਹੈ ਗੇਨ ਕਰਨ ਦੇ ਲਈ ਕਿਉਂਕਿ ਪ੍ਰੋਬਲਮ ਜਿਸ ਦਾ ਤੁਸੀਂ ਦੱਸਿਆ ਹੀ ਹੈ ਉਹਨਾਂ ਨੇ ਕਿਹਾ ਕਿ ਗਰੰਟੀ ਕੋਈ ਨਹੀਂ ਸੌਫਟ ਲੈਂਡਿੰਗ ਹੋਗੀ ਯੂਐਸ ਦੀ ਇਕਨੋਮੀ ਨੂੰ ਸੋ ਕਾਫੀ ਕੁਝ ਹਿਲਜੁਲ ਹੋ ਰਹੀ ਹੈਗੀ ਆ